ਅਸਲਾਮ ਅਲੈਕੁਮ, ਕਿੱਦਾਂ ਸਾਰੇ? ਵਧੀਆ ਖੁਸ਼ਬਾਸ਼ ਆਪਣੀ ਜ਼ਿੰਦਗੀਆਂ ਵਿੱਚ? ਤੁਸੀਂ ਸੋਚ ਰਹੇ ਹੋ ਬਾਈ ਫੈਜ਼ੀ ਕਿੱਥੇ ਵਲੋਗ, ਫੈਜ਼ੀ ਦੇ ਵਲੋਗ ਕਿੱਥੇ ਗਾਇਬ ਹੋ ਗਏ ਨੇ? ਈਵਨ ਪਰਸਨਲੀ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਸੀ। ਮੈਨੂੰ ਨਹੀਂ ਪਤਾ ਸੀ ਤੁਸੀਂ ਮੈਨੂੰ ਸਾਰੇ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਬਟ ਕੀ ਕਰਾਂ ਯਾਰ, ਤਬੀਅਤ ਥੋੜ੍ਹੀ ਵੱਲ ਨਹੀਂ ਸੀ। ਉੱਤੋਂ ਯੂਨੀਵਰਸਿਟੀ ਸਟਾਰਟ ਹੋਣ ਦਾ ਉਂਝ ਸੁਣ ਕੇ ਬੰਦੇ ਦੀ ਤਬੀਅਤ ਉਂਝ ਖਰਾਬ ਹੋ ਜਾਂਦੀ ਆ। ਅਤੇ ਆਉਣੇ ਵਾਲੇ ਜਿਹੜੇ ਹੁਣ ਸਟੂਡੈਂਟਸ ਨਵੇਂ ਆਉਣ ਵਾਲੇ ਨੇ, ਅਤੇ ਮੈਂ ਉਹਨਾਂ ਨੂੰ ਇਹੀ ਆਖਾਂਗੀ ਕਿ ਤੁਸੀਂ ਇਸ ਚੀਜ਼ ਦਾ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਜਦ ਤੁਸੀਂ ਯੂਨੀਵਰਸਿਟੀ ਦੀ ਬੱਸਿਸ ਵਿੱਚ ਬਵੋਦੇ, ਕਿ ਤੁਹਾਨੂੰ ਆ ਕੇ ਕੈਮਰੇ ਦੇ ਸਾਹਮਣੇ ਜੀ ਇੱਥੇ ਜਿਹੜਾ ਖਲੋਤੇ ਬੰਦਿਆਂ ਨੂੰ ਲਾ ਕੇ, ਅਤੇ ਇੱਥੇ ਤੁਹਾਨੂੰ ਪਾ ਕੇ ਅੰਦਰ ਕੈਮਰਿਆਂ ਦੇ ਅੰਦਰ ਖੜਿਆ ਜਾਏਗਾ, ਤਾਂ ਕਿ ਕਿਸੇ ਚੈਕਿੰਗ ਵਗੈਰਾ ਹੋ ਜਾਏ। ਉਹ ਇਹ ਹੀ ਸ਼ੋਅ ਕਰਾਵਣ ਕਿ ਅਸੀਂ ਬੱਚਿਆਂ ਨੂੰ ਪ੍ਰੋਪਰ ਬੱਸਿਸ ਦਿੱਤੀਆਂ ਨੇ, ਸਾਰੇ ਬੱਚੇ ਬਹਿ ਕੇ ਆਉਂਦੇ ਨੇ ਬਈ। ਸਵਾਗਤ ਹੈ ਤੁਹਾਡਾ ਆਉਣ ਵਾਲੇ ਉਹ 21 ਤਰੀਕ ਨੂੰ, ਤੁਸੀਂ ਵੀ ਆ ਹੀ ਜਾਣਾ ਇਸ ਯੂਨੀਵਰਸਿਟੀ ਵਿੱਚ ਖੱਜਲ ਹੋਣ ਵਾਸਤੇ, ਅਤੇ ਮਜ਼ਾ ਆਏਗਾ। ਜਾਵੇ ਸਾਰੇ ਉਹ ਵੀ ਆ ਕੇ ਜ਼ਲੀਲ ਹੋਣ ਦੇ ਸਾਡੇ ਵਾਂਗੂ, ਕਿਉਂਕਿ ਸਾਨੂੰ ਤਾਂ ਆਲਮੋਸਟ 2 ਸਾਲ ਹੋ ਗਏ ਨੇ ਇੱਥੇ ਜ਼ਲੀਲ ਹੁੰਦਿਆਂ, ਅਤੇ ਹੁਣ ਥੋੜ੍ਹੀ ਇਹ ਜ਼ਲਾਲਤ ਦੀ ਆਦਤ ਪੈ ਗਈ ਜੀ। 5th semester ਦਾ ਮੇਰਾ ਪਹਿਲਾ ਦਿਨ, ਨਵਾਂ ਸਮੈਸਟਰ, ਲੇਕਿਨ ਯੂਨੀਵਰਸਿਟੀ ਉਹੀ ਪੁਰਾਣੀ, ਉਹੀ ਪੁਰਾਣੇ ਯਾਰ। ਬਟ ਸਰਦੀਆਂ ਵਿੱਚ ਇਹ ਹੁੰਦਾ ਕਿ ਤੁਹਾਡਾ ਸਮੈਸਟਰ ਵਧੀਆ ਲੰਘ ਜਾਂਦਾ ਹੈ, ਕਿਉਂਕਿ ਲੈਕਚਰ ਥੋੜ੍ਹੇ ਛੇਤੀ ਛੇਤੀ ਲੰਘ ਜਾਂਦੇ ਨੇ, ਅਤੇ ਧੁੱਪ ਤੁਹਾਨੂੰ ਵਧੀਆ ਲੱਗਦੀ ਹੈ। ਇਹ ਸਾਡੇ 6 ਨਮੂਨਿਆਂ ਦਾ ਗਰੁੱਪ, ਇਨਸ਼ਾਲਾ ਯੂਨੀਵਰਸਿਟੀ ਤੋਂ ਬਾਅਦ ਵੀ ਚੱਲੂਗਾ, ਜੋ ਯੂਨੀਵਰਸਿਟੀ ਵਿੱਚ ਤਾਂ ਚੱਲ ਹੀ ਰਿਹਾ। ਅਤੇ ਸਨੇਕ ਫਰੈਂਡਸ ਤੋਂ ਫਿਲਹਾਲ ਅਸੀਂ ਦੂਰ ਹਾਂ, ਅੱਲਾ ਦਾ ਸ਼ੁਕਰ ਹੈ। ਅਤੇ ਇਹ ਟੁਰਦਿਆਂ ਟੁਰਦਿਆਂ ਸਾਨੂੰ ਅਹਿਸਾਸ ਹੋਇਆ ਕਿ ਸਾਡੇ ਦੋਵਾਂ ਦੇ ਪਿੰਕ ਪਿੰਕ ਸ਼ੂਜ਼ ਨੇ, ਵਾਹ ਵਾਹ। ਅਤੇ ਇਹ ਹੈਗਾ ਜੀ ਸਾਡਾ ਬਲੌਕ, ਅਰਫਾ ਕਰੀਮ ਬਲੌਕ। ਅਤੇ ਜੋ ਵੀ ਮੈਨੂੰ ਮਿਲਣਾ ਚਾਹੇ, ਆਟੋਗ੍ਰਾਫ ਵਗੈਰਾ ਲੈਣਾ ਚਾਹੇ, ਤਾਂ ਇੱਥੇ ਆ ਸਕਦਾ। ਫਿਲਹਾਲ ਤਾਂ ਅਸੀਂ ਆਈਸਕ੍ਰੀਮ ਖਾਣ ਜਾ ਰਹੇ ਸੀ, ਅਤੇ ਰਾਏ ਵਿੱਚ ਨਾ ਬੈਕ ਨਜ਼ਰ ਆਉਂਦਾ ਨਾ, ਅਤੇ ਜਿਹੜੇ ਨਵੇਂ ਨਵੇਂ ਆਉਣ ਵਾਲੇ ਨੇ, ਸਾਰਿਆਂ ਦੀਆਂ ਫੀਸਾਂ ਅਤੇ ਸਾਡੀਆਂ ਵੀ ਫੀਸਾਂ ਇਹਦੇ ਵਿੱਚ ਨੇ। ਕਦੇ ਕਦੇ ਲੱਗਦਾ ਕਿ ਅਮੀਰ ਹੋਣੇ ਦਾ ਸ਼ਾਰਟਕੱਟ ਹੈ ਕਿ ਇਹਨੂੰ ਲੁੱਟ ਲਿੱਤਾ ਜਾਏ। ਬਾਕੀ ਆਪ ਮਸਤ ਜੋਕ ਮਾਰਾ ਰਹੇ ਯਾ ਹੱਸ ਰਿਹਾ ਹਲਕਾ ਹੱਸ। ਆਪਸ ਦੀ ਗੱਲ ਹੈ, ਕਿਸੇ ਨੂੰ ਦੱਸਣਾ ਨਹੀਂ, ਭਾਵੇਂ ਕੋਈ ਲੁੱਟ ਕੇ ਲੈ ਜਾਏ ਅਤੇ ਮੇਰੇ ਦੇ ਇਲਜ਼ਾਮ ਆ ਜਾਏ, FBI ਮੇਰੇ 'ਤੇ ਬਹਿ ਜਾਏ। ਅਸੀਂ ਜਾ ਰਹੇ ਸੀ ਅਤੇ ਵੇਖਿਆ ਸਾਹਿਬ ਬੜੇ ਵਧੀਆ ਆ ਰਹੇ ਹੁੰਦੇ, ਅਸੀਂ ਕਿਹਾ ਕਿਉਂ ਨਾ ਇਹਨੂੰ ਵੀ ਕੈਪਚਰ ਕਰ ਲਿੱਤਾ ਜਾਏ, ਲੇਕਿਨ ਇਹ ਔਂਤਰੇ ਜੇ ਮੁੰਡਿਆਂ ਨੂੰ ਸਕੂਨ ਨਹੀਂ ਐਂਡ ਇੱਥੋਂ ਹੀ ਲੰਘ ਕੇ ਜਾਣਾ ਇਹਨਾਂ ਨੇ, ਇਹਨਾਂ 'ਤੇ ਨਾ FIR ਕੱਟਣੀ ਚਾਹੀਦੀ ਹੈ। ਬਾਕੀ ਛੱਡੋ, ਸਾਡੇ ਟੈਸ਼ਨ ਵੇਖੋ ਜਿਹੜੇ ਅਸੀਂ ਵੀਡੀਓ ਬਣਾ ਰਹੇ ਹਾਂ। ਮੇਰਾ ਬੜੀ ਕੰਫਰਟ ਸਟਾਰਟ ਹੋ ਗਿਆ, ਹਾਂ ਸਟਾਰਟ ਹੋ ਗਿਆ ਬਾਈ। ਅੱਛਾ ਚਲੋ, ਨਹੀਂ ਆਸ਼ਾ ਨੂੰ ਬਲੀ ਦਾ ਬੱਕਰਾ ਕਿਉਂ? ਸਲਾਹ ਇਹ ਦੁੱਖ ਕਾ ਖਤਮ ਨਹੀਂ ਹੁੰਦਾ ਬੇ, ਤੂੰ ਸਮਝਣ ਦੇ ਨਹੀਂ ਹੈ, ਸਭ ਤੋਂ ਪਹਿਲੇ ਕਰਕੇ ਆ ਜੇ, ਤਾਂ ਕਿ ਫਿਰ ਅਸੀਂ ਸਕੂਨ ਨਾ ਕਰ ਲਈ। ਚਲੋ ਚਲੋ, ਸਾਥ ਸਾਥ ਹੀ ਤਾਂ ਖੜੇ ਰਹਿਣਾ ਨਾ, ਤਾਂ ਕਿ ਜਲਦੀ ਜਲਦੀ ਬਸ ਛੱਡੋ ਆ ਗਏ। ਮੈਂ ਚੱਲਨੀ ਕਿਸ ਤਰ੍ਹਾਂ ਆਵਾਂ ਸੀ ਦੁਬਾਰਾ ਰਹਿ, ਔਰ ਦੁਬਾਰਾ ਚੱਲੋ ਉਹ ਕੀ ਡਰ ਹੁੰਦੀ ਆ ਤੁਮੇ ਪਤਾ ਨਹੀਂ ਸਟੇਜ ਦਾ ਪਾ ਨਹੀਂ ਹੁੰਦਾ ਮਲਕਾ ਵਾਲੀ ਆਪਣੀ। ਹਾਂ ਹੀ ਐਸੇ ਆਤੀ ਹੈ ਸ਼ੇਨ ਸ਼ਾਹ ਪਹਿਲੇ ਖਲੋ ਮੋਬੀਨ ਅਨਮੋਖੀ ਮਾਸਕ ਨਾ ਲੈ ਕੇ ਜਾਵੇ ਹੁਣ ਮਾਸਕ ਲਾਇਆ ਪਾਗਲ ਹੋ ਚਾ ਠੀਕ ਹੈ ਤੁਮਨੇ ਲਗਾਇਆ ਹੋਇਆ ਥਾ ਨਾ ਹਾਂ ਲਗਾਇਆ ਨਹੀਂ 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 ਅੱਜ ਕੱਲ੍ਹ ਹਾਈ ਗਿਆ ਉਹਨਾਂ ਦੇ ਕਿਊਟ ਵਾਲੇ ਦੰਦ ਨਹੀਂ ਆਏ ਚਲੋ ਦੇਖ ਚੌਥੇ ਸਮੈਸਟਰ ਵਿੱਚ ਹੁੰਦੇ ਸੀ ਅਤੇ 150 ਰੁਪਏ ਦਾ ਸੈਂਡਵਿਚ ਲੱਭ ਜਾਂਦਾ ਸੀ, ਲੇਕਿਨ ਔਂਤਰਿਆਂ ਨੇ ਇਹ ਵੀ 250 ਰੁਪਏ ਦਾ ਕਰ ਦਿੱਤਾ ਬਈ, ਇੰਨੀ ਮਹਿੰਗਾਈ। ਫਿਰ ਅਸੀਂ ਕਿਹਾ ਚਲੋ ਆਈਸਕ੍ਰੀਮ ਹੀ ਖਾ ਲਈਏ ਤਾਂ ਕਿ ਥੋੜ੍ਹੇ ਠੰਡੇ ਠੰਡੇ ਹੋ ਜਾਈਏ। ਕੁੜੀਆਂ ਦੇ ਸਾਹਮਣੇ ਚੋਇਸਿਸ ਜ਼ਿਆਦਾ ਆ ਜਾਣ ਨਾ ਫਿਰ ਤਾਂ ਇਹ ਪਾਗਲ ਹੀ ਹੋ ਜਾਂਦੀਆਂ ਨੇ, ਹਾਲਾਂਕਿ ਆਖਰ 'ਤੇ ਉਹੀ ਚੀਜ਼ ਲੈਣੀ ਹੁੰਦੀ ਕਿ ਜਿਹੜੀ ਦਿਮਾਗ ਵਿੱਚ ਪਹਿਲੇ ਸੋਚੀ ਹੁੰਦੀ। ਅਤੇ ਬਾਕੀ ਇੱਥੇ ਜੀ ਮਾਰਟ 'ਤੇ ਹਰ ਚੀਜ਼ ਦਸਤਿਆਬ ਹੈ, ਸਵਾਏ ਮਾਂ ਦੇ ਜਵਾਈ ਤੋਂ ਤੁਹਾਨੂੰ ਸਭ ਕੁਛ ਲੱਭ ਜਾਏਗਾ। ਫਿਰ ਅਸੀਂ ਆਖਿਆ ਜੀ ਛੇਤੀ ਛੇਤੀ ਮਾਰਟ ਤੋਂ ਨਿਕਲੋ, ਇਸ ਤੋਂ ਪਹਿਲੇ ਦਿਲ ਕੋਈ ਹੋਰ ਚੀਜ਼ ਖਾਣ 'ਤੇ। ਸਭ ਨੇ ਜੀ ਆਪਣੀ ਆਈਸਕ੍ਰੀਮ ਲੈ ਲਈ, ਲੇਕਿਨ ਕੁਛ ਕੁਛ ਵਿੱਚ ਹੁੰਦੇ ਨੇ ਨਾ ਜਿਹਨਾਂ ਕੋਲ ਇੰਤਜ਼ਾਰ ਨਹੀਂ ਹੁੰਦਾ ਕਿ ਕੋਈ ਪਿਕਚਰ ਬਣਾ ਲਏ, ਅਤੇ ਤਾਂ ਕਰਕੇ ਵੇਖ ਸਕਦੇ ਹੋ ਕੁਛ ਨੇ, ਅਤੇ ਆਪਣੀ ਆਪਣੀ ਆਈਸਕ੍ਰੀਮ ਸਟਾਰਟ ਵੀ ਕਰ ਲਈ। ਹਾਂ ਹੱਥ ਮੇਰਾ ਨਹੀਂ ਵਜਾਈ ਤੂੰ ਬਣੇ ਚਪਾ। ਵਿੱਚ ਵਿੱਚ ਮੇਰੇ ਦੋਸਤਾਂ ਦੇ ਡਰਾਮੇ ਤੇ ਚੱਲਦੇ ਰਹਿਣ ਦੇ, ਤੇ ਬਾਕੀ ਹੁਣ ਤੁਸੀਂ ਤੱਕ ਸਕਦੇ ਹੋ ਕਿ ਸਰਦੀਆਂ ਵਿੱਚ
ਧੁੱਪ ਵਧੀਆ ਲੱਗਣ ਲੱਗ ਜਾਂਦੀ ਹੈ। ਗਰਮੀਆਂ ਵਿੱਚ ਲੋਕੀ ਛਾਂ ਢੂੰਡਦੇ ਨੇ ਤੇ ਸਰਦੀਆਂ ਵਿੱਚ ਧੁੱਪ। ਤੇ ਹੁਣ ਅਸੀਂ ਕਿਹਾ ਕਿ ਚਲੋ ਨਮਾਜ਼ ਦਾ ਵਕਤ ਹੋ ਗਿਆ ਤੇ ਚਲੋ ਆਪਣੇ ਟਿਕਾਣੇ ਫਿਰ ਨਮਾਜ਼ ਪੜ੍ਹਦੇ ਹੀ ਸਾਡੀ ਪੋਲਿਟਿਕਸ ਦੀਆਂ ਗੱਲਾਂ ਬਾਰਡਰ ਪੇ ਕਰਤੀ ਹੈ। ਅਬ ਜਿਤਨੀ ਵੀ ਗੌਰਮੈਂਟ ਕੀ ਜਾਬਸ ਹੈ ਵੋ ਸਾਰੇ ਹਮਾਰੇ ਟੈਕਸਿਸ ਮੇਂ ਸੇ ਵੋ ਪੇ ਕਰਤੇ ਹੈ ਨਾ। ਕੌਣ? ਯੇ ਗੌਰਮੈਂਟ। ਹਾਂ ਵੋ ਸੈਲਰੀ ਦੇਤੀ ਹੈ। ਅਬ 70% ਵਹਾਂ ਪੇ ਜਾਤਾ ਹੈ ਹਮਾਰੇ GDP ਕਾ। ਤੋ ਇਸਕਾ ਮਤਲਬ ਉਨਕਾ ਹੱਕ ਹੈ, ਯਾਨੀ ਵੋ ਸਾਰੇ ਅੱਛੀ ਵੋ ਮੁਲਕ ਕੀ ਆਰਮੀ ਸਟਰਾਂਗ ਹੋਗੀ ਤੋ ਅੰਦਰ ਉਸਕੋ ਕੋਈ ਦੂਸਰਾ ਮੁਲਕ ਅਟੈਕ ਨਹੀਂ ਕਰ ਸਕੇ। ਉਸਕਾ ਮੇਨ ਸਵਾਲ ਥਾ ਕਿ ਇਨਕੋ ਇਤਨੇ ਇਤਨੇ ਉਧਰ ਸੇ ਮਿਲਤੇ ਹੈ, ਇਤਨੇ ਤੋਹਫੇ ਮਿਲਤੇ ਹੈ, ਇਸਕਾ ਕਿਉਂ ਨਹੀਂ ਕੁਐਸਚਨ ਹੋਤਾ ਹੈ ਇਮਰਾਨ ਖਾਨ ਸੇ ਇੱਕ ਘੜੀ ਕਿ ਇਤਨਾ ਕੁਐਸਚਨ ਕਿਉਂ ਹੋ ਗਿਆ? ਤੁਮ ਲੋਗੋਂ ਕੋ ਪਤਾ ਹੈ 70% ਜਾਤਾ ਹੈ ये वो 2 करोड़ की घड़ी थी, वो जो बंदा बैठ के अरबों में कमा लेता है 5 मिनट बैठ के। मैंने ਇੰਜ ਸਾਡਾ ਦਿਨ ਪਹਿਲਾ ਦਿਨ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਇੰਜ ਹੁਣ ਸਾਰੇ ਆਪਣੇ ਆਪਣੇ ਘਰਾਂ ਵੱਲ ਭੱਜਣ ਵਾਲੇ ਨੇ। ਤੇ ਮੌਸਮ ਕਾਫੀ ਵਧੀਆ ਲੱਗ ਰਿਹਾ ਸੀ, ਅੱਜ ਵਧੀਆ ਦਿਨ ਗੁਜ਼ਰਿਆ, ਦੋਸਤਾਂ ਨਾਲ ਗੱਲਾਂ ਛੱਲਾਂ ਕੀਤੀਆਂ ਇੰਨੇ ਅਰਸੇ ਬਾਅਦ। ਬਾਕੀ ਅੱਜ ਮੇਰੀ ਥੋੜ੍ਹੀ ਐਨਰਜੀ ਵੀ ਡਾਊਨ ਸੀ, ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ। ਅਤੇ ਤੁਸੀਂ ਮੈਨੂੰ ਨਾ ਮੋਟੀਵੇਟ ਕਰਦੇ ਰਿਹਾ ਕਰੋ, ਬਸ ਜ਼ਿਆਦਾ ਸਾਰਾ ਪਿਆਰ ਦਿਆ ਕਰੋ ਮੇਰੇ ਵਲੋਗ 'ਤੇ, ਅਤੇ ਮੈਨੂੰ ਮੋਟੀਵੇਟ ਕਰਦੇ ਰਿਹਾ ਕਰੋ ਤਾਂ ਕਿ ਮੈਂ ਜ਼ਿਆਦਾ ਸਾਰੇ ਵਲੋਗਸ ਪਾਉਂਦੀ ਰਹਾਂ। ਅਤੇ ਵਲੋਗ ਨੂੰ ਲਾਈਕ ਸ਼ੇਅਰ ਕਮੈਂਟ ਮਸਟ ਕਰ ਦਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਪਿਆਰ ਹੈ ਉਹ ਮੈਨੂੰ ਆਪਣੇ ਮੈਂ ਵੀ ਵੇਖ ਸਕਾਂ। ਅਤੇ ਦੁਆਵਾਂ ਵਿੱਚ ਯਾਦ ਰੱਖਿਓ, ਕਿਉਂਕਿ ਤੁਹਾਡੀ ਦੁਆਵਾਂ ਨਾਲ ਹੀ ਮੈਂ ਪਾਰ ਲੱਗ ਜਾਣਾ। ਅਤੇ ਖਿਆਲ ਰੱਖਿਓ, ਅੱਲਾ ਹਾਫਿਜ਼।